ਕੈਮਰਾ ਮਾਰਿਓ, ਉਹ ਦਰਖਤ ਵਾਲੇ ਮਾਰਿਓ, ਆਹ ਕਿੰਨਾ ਕਿੰਨੇ ਫੁੱਟ ਹੋ ਗਏ ਉਹ, ਜੇ ਇੱਧਰ ਨੂੰ ਡਿੱਗ ਜੇ ਘਰ ਨੂੰ ਤੇ ਕੌਣ ਜ਼ਿੰਮੇਵਾਰ ਹੈ, ਕੀ ਪ੍ਰਸ਼ਾਸਨ ਸਾਨੂੰ ਕਰਾ ਕੇ ਦਊਗਾ ਸਾਰਾ ਕੁਝ? ਉਹ ਜਿਹੜਾ ਬਣਾਇਆ ਸੀ ਡਰੈਕਟ, ਉਹ ਉਹਨਾਂ ਦੇ ਦਿਖਾ ਦਿੰਦੇ ਉਹ ਕੈਮਰੇ ਚ ਕਿੱਡਾ ਵੱਡਾ ਦਰਖਤ ਸੀਗਾ, ਉਹ ਅੱਧਾ ਵੱਡਿਆ ਹੋਇਆ ਸੀਗਾ, ਮਤਲਬ ਟੁੱਟਣ ਵਾਲਾ ਸੀਗਾ ਉਹ ਜਿਹੜਾ, ਉਹ ਟੁੱਟ ਗਿਆ ਉਹਨਾਂ ਦੇ ਘਰ ਤੇ, ਪਤਾ ਨੀ ਅੱਜ ਡਿੱਗ ਜਾਂਦਾ ਮਰਜ਼ੀ ਹਵਾ ਆਉਂਦੀ ਡਿੱਗ ਜਾਣਾ ਸੀ। ਮਾਮਲਾ ਇਹ ਸੀ, ਕੱਲ ਆਇਆ ਸੀਗਾ ਆਪਣੇ ਸਰਦਾਰ ਸੁਰਜੀਤ ਸਿੰਘ ਜੀ, ਠੀਕ ਹੈ, ਕੱਲ ਇੱਥੇ ਬੈਠੇ, ਮਤਲਬ ਸਲਾਹ ਕੀਤੀ, ਆਪ ਹੀ ਕਹਿ ਗਏ ਆ ਕਿ ਦਰਖਤ ਕਟਾ ਦਈਏ ਆਪਾਂ, ਹੁਣ ਹਰ ਸਾਲ ਛੰਗਾਉਂਦੇ ਇਹੀ ਛੰਗਾਉਂਦੇ ਹਰ ਸਾਲ, ਉਹ ਕੱਲ ਆਪ ਹੀ ਕਹਿ ਗਿਆ ਸੀਗਾ ਚਲੋ ਠੀਕ ਆ। ਉਹ ਅਚਾਨਕ ਅਸੀਂ ਮੈਂ ਤੇ ਅੰਕਲ ਜਾਣਦੇ ਸੀਗੇ ਤੇ ਉੱਥੇ ਸਾਨੂੰ ਆਹ ਬੰਦੇ ਛਾਂਗਦੇ ਪਏ ਸੀ ਉੱਧਰ ਦੇ ਪਾਰਕ ਵਿੱਚ, ਤੇ ਉੱਧਰੋਂ ਬੰਦੇ ਲੱਭ ਗਏ ਤੇ ਉਹਨਾਂ ਨੂੰ ਕਿਹਾ ਗਿਆ ਯਾਰ ਸਾਡੀ ਵੀ ਪਾਰਕ ਦੇ ਵਿੱਚ ਅਸੀਂ ਵੀ ਛਾਂਗਣੇ ਆ। ਉਹ ਬਸ ਇਸੇ ਗੱਲੋਂ ਆ ਗਏ ਕਿ ਬੰਦੇ ਮੈਂ ਕਹੇ ਸੀ, ਮੈਂ ਕਿਸੇ ਨੂੰ 5000 ਰੁਪਇਆ ਪਤਾ ਨੀ ਕਿਹਨੂੰ ਦੇ ਗਿਆ, 5000 ਮੇਰਾ, 5000 ਤੁਸੀਂ ਖਿਲਾਫ ਜੰਗਲਾਤ ਮਹਿਕਮੇ ਨੂੰ, ਜੰਗਲਾਤ ਮਹਿਕਮੇ ਨੂੰ ਪਤਾ ਨੀ 5000 ਦਿੱਤਾ ਮੇਰਾ, 5000 ਖਰਾਬ ਕਰਤਾ ਮੈਂ, ਬੰਦੇ ਆਪਣੇ ਕਹੇ ਸੀ, ਇਹ ਨੀ ਪਤਾ ਜੀ ਇੰਨੀ ਗੱਲ ਕਹਿ ਕੇ ਚਲ ਗਏ, ਪਤਾ ਨੀ ਪੂਰਾ ਨੀ ਦੱਸ ਕੇ ਗਏ ਕਿਹਨੂੰ ਦੇ ਗਿਆ ਕਿਹਨੂੰ ਨਹੀਂ ਦਿੱਤਾ, ਇਹ ਨੀ ਸਾਨੂੰ ਪਤਾ। ਸੁਰਜੀਤ ਸਿੰਘ ਜਿਹੜੇ ਹੁਣ ਆਏ ਸੀਗੇ, ਇਹ ਸਾਰਿਆਂ ਦੀ ਸਹਿਮਤੀ ਨਾਲ ਛਾਂਗੇ ਆ ਜੀ ਦਰਖਤ ਸਾਰੇ, ਹਾਂ ਛਾਂਗੇ ਆ, ਛਾਂਗੇ ਸਾਰੇ। ਉਹ ਤੇ ਦੇਖੋ ਜੀ ਤੁਹਾਨੂੰ ਤੁਹਾਨੂੰ ਅਸਲੀਅਤ ਸਾਰੀ ਕੋਲ ਦੱਸਤੀ, ਪਹਿਲਾਂ ਵੀ ਦੱਸਤੀ ਸੀ ਤੇ ਹੁਣ ਵੀ ਦੱਸਤੀ ਸਾਰੀ, ਆਹ ਗੱਲ ਹੋਈ ਆ। ਇੱਕ ਉਹਨਾਂ ਦਾ ਨਾਮ ਇਹ ਹੈ ਕਿ ਤੁਹਾਡੇ ਤੇ ਲਗਾਇਆ ਜਾ ਰਿਹਾ ਕਿ ਦਫ਼ਤਰ ਲੈ ਕੇ ਤੁਸੀਂ ਉਹਨਾਂ ਦੇ ਮਗਰ ਭੱਜੇ ਆ, ਗਲਤ ਆ। ਹਾਂ ਦੇਖ ਲਓ ਜੀ, ਆ ਜਿਹੜੇ ਮੁੰਡੇ ਕੰਮ ਕਰਨ ਦੇ ਕਿੱਥੇ ਆ, ਉਹਨਾਂ ਨੂੰ ਪੁੱਛੇ ਆ, ਪੁੱਛੋ ਕਿ ਉਹ ਦਫ਼ਤਰ ਉਹਨਾਂ ਨੇ ਚੱਕਿਆ ਜੀ, ਤੁਹਾਡੇ ਸਾਹਮਣੇ ਚੱਕਿਆ, ਤੁਸੀਂ ਦੇਖਿਆ ਚੱਕਦੇ ਨੂੰ ਨਹੀਂ, ਤੁਸੀਂ ਦੇਖਿਆ ਨਾ, ਤੁਸੀਂ ਉੱਥੇ ਸੀਗੇ ਜਦੋਂ ਤੁਸੀਂ ਉਹਨਾਂ ਦੇ ਲੈ ਰਹੇ ਸੀਗੇ ਬਿਆਨ, ਉਹਨਾਂ ਨੇ ਦਫ਼ਤਰ ਫੜਿਆ ਹੋਇਆ ਸੀ ਨਾ, ਡਿੱਕੀ ਚੋਂ ਕੱਢਿਆ ਉਹਨਾਂ ਨੇ ਦਾਤਰ, ਆਪ ਕੱਢਿਆ ਤੇ ਨਾਮ ਸਾਡਾ ਲੈ ਰਹੇ ਆ, ਦਾਤਰ ਸਾਡਾ ਥੋੜੀ ਹੋਇਆ, ਫਿਰ ਡਿੱਕੀ ਚੋਂ ਉਹ ਕੱਢ ਰਹੇ ਆ। ਮੰਗ ਇਹ ਕਰਦੇ ਜੀ, ਦੇਖੋ ਅਸੀਂ ਰੋਜ਼ ਧੀਆਂ ਭੈਣਾਂ ਦੀਆਂ ਗਾਲਾਂ ਕੱਢਦਾ ਇੱਥੇ ਪਾਰਕ ਵਿੱਚ ਆ ਕੇ, ਸਾਰਾ ਮੁੱਲਾ ਇੱਕ ਪਾਸੇ ਆ, ਉਹ ਇਕੱਲਾ ਇੱਕ ਪਾਸੇ ਆ, ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਉਹਨੂੰ ਨੱਥ ਪਾਈ ਜਾਵੇ, ਉਹ ਕਦੀ ਕਹਿੰਦਾ ਮੈਂ DC ਮੇਰਾ ਰਿਸ਼ਤੇਦਾਰ ਆ, ਕਦੀ ਕਹਿੰਦਾ SSP ਨੂੰ ਮੇਰਾ ਆ ਵਾ, ਮਤਲਬ ਬਸ ਇਹੀ ਉਹਦਾ ਰੋਜ਼ ਦਾ ਕੰਮ ਆ, ਹੁਣ ਕਿੰਨੀ ਕੁ ਦੇਰ ਕੋਈ ਸੁਣੀ ਜਾਵੇ ਜੀ। ਹੁਣ ਇੱਥੇ ਆ ਗਏ ਵੀ ਹੁਣ ਆ ਸਾਰੇ ਜਾਣੇ ਬੈਠੇ, ਇਹਨੂੰ ਪੁੱਛ ਲਓ, ਹੁਣ ਵੀ ਇੰਨੀ ਗੱਲ ਕਹਿ ਗਿਆ ਮੈਂ DC ਨੂੰ ਫੋਨ ਕਰਨ ਲੱਗਾ, ਉਹੀ ਆ ਕੇ ਤੁਹਾਨੂੰ ਸਭ ਸਿਖਾਉਂਦਾ, ਇਹੀ ਗੱਲ ਕਹੀ ਜੀ ਉਹਨੇ, ਇਹ ਆ ਪੁੱਛ ਲਓ, ਆ ਸਿਆਣੇ ਬਿਆਣੇ ਬੰਦੇ ਆ, ਪੜ੍ਹੇ ਲਿਖੇ ਆ ਸਾਰੇ, ਸਾਰਿਆਂ ਨੂੰ ਪੁੱਛ ਲਓ, ਹੁਣ ਦੱਸੋ ਕਿੰਨੀ ਕੁ ਵਾਰਤੀਆਂ ਭੈਣਾਂ ਦੀ ਕੋਈ ਗੱਲ ਸੁਣੂਗਾ ਜੀ। ਚਲੋ ਇਹ ਜਿਹੜੇ ਤੁਸੀਂ ਉਹਨਾਂ ਨੂੰ ਦੇਖੋ ਭਾਜੀ, ਉਹਨਾਂ ਨੂੰ ਹੱਥ ਜੋੜ ਕੇ ਇਹੀ ਗੱਲ ਕਹੀ, ਅੰਕਲ ਜੀ ਜਿਹੜੀ ਗੱਲ ਕਰਨੀ ਆਰਾਮ ਨਾਲ ਕਰੋ, ਤੁਸੀਂ ਗਾਲਾਂ ਕੋ ਕੱਢਦੇ ਮੱਲੇਦਾਰੀ ਆ, ਇੱਕੋ ਇੱਕੋ ਜਗ੍ਹਾ ਰਹਿੰਦੇ ਆ, ਪਾਰਕ ਦੇ ਆਸ-ਪਾਸ ਜਿਹੜੇ ਵੀ ਜੋ ਵੀ ਕਟਵਾਏ, ਇਹਦਾ ਕਾਰਨ ਕੀ ਆ? ਕਾਰਨ ਇਹ ਆ ਭਾਜੀ, ਦਰਖਤ ਬਹੁਤ ਜ਼ਿਆਦਾ ਵੱਡੇ ਹੋ ਗਏ ਆ, ਘਰਾਂ ਤੇ ਡਿੱਗਣ ਦਾ ਡਰ ਆ, ਠੀਕ ਆ, ਇੱਥੇ ਕੁੜੀਆਂ ਮੁੰਡੇ ਰੋਜ਼ ਰਾਤ ਨੂੰ ਆ ਗਏ, ਤੁਸੀਂ 10-11 ਵਜੇ ਆ ਗਏ ਕਰੋ, ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ, ਹਰ ਰੋਜ਼ ਇੱਥੋਂ ਕੋਈ ਨਾ ਕੋਈ ਜੋੜੇ ਨਿਕਲਦੇ ਆ, ਹਰ ਰੋਜ਼ ਇੱਥੇ ਕੋਈ ਨਾ ਕੋਈ ਕੁੜੀ ਮੁੰਡਾ, ਆਹ ਮੇਰੇ ਖਿਆਲ ਨਾਲ ਕੀ ਹੁਣ ਤੁਹਾਨੂੰ ਮੈਂ ਦੱਸਾਂ, ਜੋ ਇੱਥੇ ਗੰਦ ਪੈ ਚੁੱਕਾ ਨਾ, ਕੋਈ ਨੀ ਇੱਧਰ ਦੇਖਦਾ ਪਾਰਕ। ਇਹਦੇ ਲਈ ਕੋਈ ਤੁਸੀਂ ਲਿਖਤੀ ਐਪਲੀਕੇਸ਼ਨ ਦਿੱਤੀ ਹੈ ਪੁਲਿਸ ਨੂੰ? ਲਿਖਤੀ ਅਸੀਂ 2-3 ਵਾਰ ਦੇ ਕੇ ਆਏ, ਹਾਂ SSP ਨੂੰ, SSP ਸਾਹਿਬ ਦੇ ਵੀ ਦੇ ਕੇ ਆਏ ਹਾਂ, ਉਦੋਂ SSP ਕੌਣ ਸੀਗੇ, ਕੋਈ ਨੀ ਆਏ, 2-4 ਦਿਨ ਆਏ ਆ, ਕੋਈ ਨੀ ਆਏ, ਇਹ ਸਿਰਫ ਅਸੀਂ ਇਸੇ ਕਰਕੇ ਇਹਨਾਂ ਨੂੰ ਸ਼ਿੰਗਾਰ ਰਹੇ ਹਾਂ, ਕੋਈ ਲੰਘਦੇ ਵੜਦੇ ਕੋਈ ਦਿਖੇ ਤੇ ਸੀ ਅੰਦਰ ਹੈ, ਫਿਰ ਚੋਰੀਆਂ ਬਹੁਤ ਹੋ ਰਹੀਆਂ ਜੀ ਇੱਥੇ, ਫਿਰ ਚੋਰੀਆਂ ਇੱਥੇ 7-8 ਮੋਟਰਾਂ ਉੱਤਰ ਗਈਆਂ, ਇਹ ਕੀ ਕਰਦੇ ਆ, ਚੋਰ ਆ ਕੇ ਹਨੇਰਾ ਹੁੰਦਾ, ਬੜੇ ਬੜੇ ਦਰਖਤ ਆ, ਝਾੜੀਆਂ ਚ ਲੁਕ ਜਾਂਦੇ ਆ, ਜਦੋਂ ਦੇਖਦੇ ਆ ਜੀ 11-12 ਵੱਜ ਗਏ, ਲਾਈਟਾਂ ਬੰਦ ਆ, ਕੰਧਾਂ ਟੱਪਦੇ ਆ, ਮੋਟਰਾਂ ਲਾ ਲੈਂਦੇ, ਠੀਕ ਆ, ਤੁਹਾਡਾ ਮੇਨ ਕਾਰਨ ਇਹੀ ਆ ਕਿ ਦਰਖਤ ਇਸ ਲਈ? ਹਾਂਜੀ, ਅਸੀਂ ਇਸੇ ਕਰਕੇ ਇਹਨਾਂ ਨੂੰ ਕਰਾ ਰਹੇ ਹਾਂ, ਛੋਟੇ ਇਸੇ ਕਰਕੇ ਕਰਾ ਰਹੇ ਹਾਂ, ਟ੍ਰੇਨਿੰਗ ਕਰਾ ਰਹੇ ਹਾਂ ਕਿ ਮਤਲਬ ਇੱਥੇ ਸੇਫ ਹੋ ਜੇ ਸਾਰੇ, ਠੀਕ ਆ।
ਇਹ ਮਾਮਲਾ ਇੱਦਾਂ ਵੀ ਦਰਖਤ ਲੱਗੇ ਨੇ ਇਹ ਸਾਰੇ ਵਢਾਈ ਜਾਂਦੇ ਨੇ ਉਹਨਾਂ ਨੂੰ ਮਸ਼ੀਨਾਂ ਲੈ ਆਲੂ ਵਾਲੀਆਂ ਪਾਰਕ ਦੇ ਦਰਖਤ ਜਿਹੜੇ ਨਾ ਲਾਏ ਸੀ ਜਿਹੜਾ ਸਰਕਾਰ ਨਗਰ ਕੌਂਸਲ ਨੂੰ ਲਾਏ ਸੀ ਇਹ ਸਾਰੇ ਜਿਹੜੇ ਦਰਖਤ ਹੈਗੇ ਨੇ ਹਰੇ ਦਰਖਤ ਹੈਗੇ ਨੇ ਅੱਗੇ ਵੀ ਨਾ ਵਢਾਤੇ ਹੁਣ ਫਿਰ ਬੰਦੇ ਲਾਏ ਸੀ ਬੰਦੇ ਲਿਆ ਮਸ਼ੀਨਾਂ ਮੰਗਾਈਆਂ ਸੀ ਵਢਾਉਣ ਵਾਸਤੇ ਇਹਨਾਂ ਨੇ ਉਹ ਬੰਦੇ ਬੈਠੇ ਨੇ 7-8 ਬੰਦੇ ਲਾਏ ਸੀ ਮੈਂ ਕਿਹਾ ਯਾਰ ਤੁਸੀਂ ਦਰਖਤ ਨਾ ਵੱਢੋ ਹਰਿਆਵਲ ਖਤਮ ਹੋਣ ਡਈ ਅੱਗੇ ਵਾਤਾਵਰਨ ਬੜਾ ਸ਼ੁੱਧ ਨਹੀਂ ਹੈਗਾ ਤੇ ਨਾ ਵੱਢੋ ਉਹ ਜਿਹੜਾ ਪਿੰਕਾ ਸੀ ਉਹਨੂੰ ਮੈਨੂੰ ਕਿਹਾ ਤੂੰ ਕੌਣ ਕਿਤੇ ਰੋਕਣਾ ਜਿਹੜੇ ਦਰਖਤ ਵੱਢੇ ਗਏ ਆ ਇਹ ਕਾਰਪੋਰੇਸ਼ਨ ਵੱਲੋਂ ਆਏ ਬੰਦੇ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਕਾਰਪੋਰੇਸ਼ਨ ਦਾ ਕੋਈ ਬੰਦਾ ਨਹੀਂ ਪ੍ਰਾਈਵੇਟ ਬੰਦੇ ਨੇ ਆਪਣੇ ਹਾਇਰ ਕੀਤੇ ਇਹਨਾਂ ਨੇ ਪ੍ਰਾਈਵੇਟ ਕੋਈ ਸਰਕਾਰੀ ਬੰਦਾ ਨਹੀਂ ਆਇਆ ਇੱਥੇ ਕਿੰਨੀ ਦੇਰ ਹੋ ਗਈ ਇਹ ਦਰਖਤ ਲੱਗਿਆ ਨੂੰ ਇਹ 2000 ਦੇ 97-98 ਦੇ ਮੁੱਖ ਮੰਤਰੀ ਹੁੰਦੀ ਨਾ ਆਪਣੇ ਜਿਹੜੀ ਉਹ ਭੱਠਲ ਹੁੰਦੀ ਉਸ ਟਾਈਮ ਲਾਈ ਸੀ ਇਹ ਬੰਦੇ ਵਢਾਣ ਡੇ ਬਾਲਣ ਚੁੱਕੇ ਲਿਆ ਹਰ ਸਾਲ ਲੱਕੜ ਚੁੱਕੇ ਲਿਆ ਜਾਂਦੇ ਨੇ ਇੱਥੋਂ ਸਾਰੇ ਜੜੂ ਵੱਢੀ ਜਾਂਦੇ ਦਰਖਤ ਜੇ ਜਿਹੜਾ ਕੋਈ ਨਹੀਂ ਕਈਆਂ ਨੂੰ ਕੈਮੀਕਲ ਪਾ ਕੇ ਸਾੜਤਾ ਜੇ ਖੜੇ ਨੇ 2-3 ਦਰਖਤ ਇੱਥੇ ਤੁਸੀਂ ਇਸ ਗੱਲ ਦਾ ਵਿਰੋਧ ਕੀਤਾ ਮੈਂ ਇਸ ਦਾ ਵਿਰੋਧ ਕੀਤਾ ਤੇ ਮੇਰੇ ਆਹ ਡਾਂਟ ਫੜਿਆ ਮੇਰੇ ਮਾਰਿਆ ਜਿਹੜਾ ਪਿੰਕੇ ਨੇ ਪਿੰਕਾ ਕੌਣ ਹੈ ਪਿੰਕਾ ਉਹ ਗੁਰਮੀਤ ਸਿੰਘ 512 ਦਾ ਨੰਬਰ ਕੀ ਨਾਂ ਉਹਦਾ ਸਿੱਧਾ ਪਿੰਕਾ ਪਿੰਕਾ ਕਹਿੰਦੇ ਨੇ ਉਹਨੂੰ ਹਾਂਜੀ ਹੈ ਉਹ ਮੈਨੂੰ ਕਹਿੰਦਾ ਤੂੰ ਕੌਣ ਕਹਿੰਦਾ ਬਣਾਉਣਾ ਕਹਿੰਦਾ ਇੱਥੇ ਰੁਕਣਾ ਸਾਨੂੰ ਅਸੀਂ ਵੱਢਾਂਗੇ ਕਹਿੰਦਾ ਤੇ ਮੇਰੇ ਆਹ ਮਾਰਿਆ ਉਹਨੇ ਡਾਂਟ ਉਹਨੇ ਲੱਗਾਂ ਜ਼ਮੀਨ ਤੇ ਜਾ ਡਿੱਗਾ ਤੁਹਾਡੇ ਵੱਲੋਂ ਕਿਤੇ ਰਿਪੋਰਟ ਇਹਦੀ ਸ਼ਿਕਾਇਤ ਦਰਜ ਮੈਂ ਮੇਅਰ ਸਾਹਿਬ ਨੂੰ ਦੱਸਿਆ ਸਾਰਾ ਜਵਾਨੀ ਅਜੇ ਵੱਢਦੇ ਹੁਣ ਵੱਢਦੇ ਵੇਲੇ ਬੰਦੇ ਬੈਠੇ ਨੇ ਵੱਢਣ ਵਾਲੇ ਇੱਥੇ ਉਹ ਰਿਪੋਰਟ ਮੈਂ ਕਰਾਂਗਾ ਨਾ ਠਹਿਰ ਕੇ ਜਾ ਕੇ ਕਰਨਾ ਰਿਪੋਰਟ ਹਾਲ ਦੀ ਘੜੀ ਤੇ ਮੈਂ ਜਦੋਂ ਮੈਨੂੰ ਪਤਾ ਲੱਗਾ ਵੀ ਵੱਢਦੇ ਪਏ ਨੇ ਮਤਲਕਾ ਆਫਿਸ ਦੇ ਵਿੱਚ ਅਦਾਰੇ ਦੇ ਵਿੱਚ ਤੁਸੀਂ ਇਹਦੀ ਕੰਪਲੇਂਟ ਦਰਜ ਕੀਤੀ ਹੈ ਮੈਂ ਜ਼ਬਾਨੀ ਤੌਰ ਤੇ ਵੱਢਦੇ ਹਾਂ ਦੱਸਿਆ ਆਇਆ ਵਾ ਇਹਨਾਂ ਨੂੰ ਸਾਰਾ ਦੱਸਦਾ ਹੈਗਾ ਹੁਣ ਮੈਂ ਦਰਜ ਲਗਾਇਆ ਦੀ ਕਰਨ ਚੱਲਿਆ ਰਿਪੋਰਟ ਮੇਅਰ ਸਾਹਿਬ ਨਾਲ ਮੈਂ ਗੱਲ ਕਰ ਆਪਣੇ ਤੌਰ ਤੇ ਕੋਈ ਵੀਡੀਓਗ੍ਰਾਫੀ ਕੋਈ ਇਹਨਾਂ ਦੀ ਨਹੀਂ ਮੈਂ ਵੀਡੀਓਗ੍ਰਾਫੀ ਕਰਦਾ ਮੈਨੂੰ ਮੌਕਾ ਨਹੀਂ ਜਦੋਂ ਮੇਰੇ ਉਹਨੇ ਮਾਰਿਆ ਭੱਜ ਕੇ ਮੈਂ ਆਪਣੇ ਮਤਲਬ ਜਿਹੜਾ ਸੀ ਤੇ ਮੈਂ ਦੱਸਣ ਚਲਾ ਗਿਆ ਅਧਿਕਾਰੀਆਂ ਨੂੰ ਮੈਨੂੰ ਉਹਦਾ ਉਦੋਂ ਮੇਅਰ ਨਾਲ ਮੈਂ ਗੱਲ ਕੀਤੀ ਤੇ ਹਮਲਾ ਕੀਤਾ ਤੇ ਇਤਾਰ ਹਥਿਆਰ ਨਾਲ ਇਹਦੀ ਤੁਸੀਂ ਰਿਪੋਰਟ ਥਾਣੇ ਦਰਜ ਕਰਾਈ ਹਾਂ ਉਹ ਮੈਂ ਲੱਗਾ ਜੀ ਤੇ ਇੱਥੇ ਆਪਣੇ ਜਿਹੜੀ ਰਿਪੋਰਟ ਦਰਜ ਕੇ ਚੱਲਿਆ ਗਰਾਂ ਥਾਣੇ ਉਹ ਚੱਲਿਆ ਮੈਂ ਉਹਨਾਂ ਦਾ ਹਜੇ ਉਹ ਕੈਮਰਾ ਉਹਨਾਂ ਨੇ ਸਾਨੂੰ ਦੱਸਿਆ ਵਾ ਹਜੇ ਉਹਨਾਂ ਦਾ ਵੀ ਅਸੀਂ ਬਿਆਨ ਲਵਾਂਗੇ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਕੱਲ ਕੋਈ ਮੀਟਿੰਗ ਹੋਈ ਸੀ ਉਹਦੇ ਵਿੱਚ ਭਾਜੀ ਮੈਂ ਤੇ ਨਾ ਇਹਨਾਂ ਦਾ ਮੈਂਬਰ ਆ ਇਹਨਾਂ ਨੇ ਕਿਹਾ ਵਾ ਕਿ ਹਾਂ ਤੁਸੀਂ ਵੱਢ ਦੇਣੇ ਚਾਹੀਦੇ ਇਹਨਾਂ ਨੇ ਪੈਸੇ ਇਕੱਠੇ ਕੀਤੇ ਨੇ ਦਰਖਤ ਵੱਢਦੇ ਲੋਕਾਂ ਦੇ ਕੋਲੋਂ ਮੰਗ ਮੂੰਗ ਕੇ ਤੇ ਉਹਦੇ ਦਰਖਤ ਦੇ ਪੈਸੇ ਉਹਨਾਂ ਨੂੰ ਦੇਣੇ ਸੀ ਬੰਦਿਆਂ ਨੂੰ ਬੰਦੇ ਉਹ ਬੈਠੇ ਨੇ ਉਹਨਾਂ ਨੂੰ ਪੁੱਛੋ ਕਿੰਨੇ ਲਿਆਂਦਾ ਉਹ ਬੰਦੇ ਹੁਣ ਮੌਜੂਦ ਬੈਠੇ ਨੇ ਤਾਂ ਹੀ ਛੇਤੀ ਛੇਤੀ ਲਿਆਇਆ ਨਾ ਵੀ ਇਹ ਪਤਾ ਲੱਗ ਜਾਵੇ ਵੀ ਬੰਦੇ ਜਿਹੜੇ ਆਏ ਨੇ ਉੱਥੋਂ ਕੌਣ ਲੈ ਕੇ ਆਇਆ ਉਹਨਾਂ ਨੂੰ ਆਹ ਮੁੰਡੇ 5 ਲੇਬਰਾਂ 6 ਬੈਠੇ ਨੇ ਮੌਜੂਦ ਨੇ ਇੱਥੇ ਇਸ ਵੇਲੇ ਉਹ ਵੀ ਹੁਣ ਮੰਗ ਕੀ ਕਰਦੇ ਆ ਮੰਗੇ ਨੇ ਉਹਦੇ ਕਾਰਵਾਈ ਕੀਤੀ ਜਾਵੇ ਦਰਖਤ ਵੱਢਣਾ ਤੇ ਬਹੁਤ ਜ਼ੁਰਮ ਵਾਲੀ ਗੱਲ ਹੈਗੀ ਜੇ ਚੰਡੀਗੜ੍ਹ ਦਰਖਤ ਅੱਗੇ ਆ ਜਾਵੇ ਕੱਲ੍ਹ ਬੋਰਡ ਦੇ ਨੇ ਦਰਖਤ ਨਹੀਂ ਵੱਢਦੇ ਹੈਗੇ ਇੱਥੇ ਤੇ ਇਹ ਦਇਆ ਵੱਢਣ ਡੇ ਬਗੈਰ ਕਿਸੇ ਪਰਮਿਸ਼ਨ ਤੋਂ ਕੋਈ ਕਿਸੇ ਦੀ ਮਨਜ਼ੂਰੀ ਨਹੀਂ ਇਹਦੇ 15 ਦਿਨ ਦੀ ਕੈਦ ਹੈ ਜੇ ਕੋਈ ਬੰਦਾ ਦਰਖਤ ਹਰਿਆ ਵੱਢੇਗਾ ਕੋਈ ਤੇ ਜ਼ਮਾਨਤ ਵੀ ਨਹੀਂ ਹੈਗੀ ਉਹਦੇ ਸੁਪਰੀਮ ਕੋਰਟ ਦਾ ਆਰਡਰ ਹੈਗਾ ਕਿੰਨੇ ਦਰਖਤ ਵੱਢ ਚੁੱਕੇ ਹੁਣ ਇਹਦੇ ਘੱਟੋ ਘੱਟ 40-50 ਦਰਖਤ ਵੱਢਤੇ ਇਹਨਾਂ ਨੇ ਇਹ ਸਾਰਾ ਖਤਮ ਕਰ ਦੇਣਗੇ ਸੀ